ਅੱਜ ਤੋਂ ਆ ਪ੍ਰਧਾਨ ਸਾਹਿਬ ਪਹੁੰਚੇ ਹੋਏ ਨੇ। ਸਸੇ ਭਾਈ ਸਾਡੀਆਂ ਬਹੁਤ ਸਰ ਮਜਬੂਰੀਆਂ ਨੇ, ਸਵੇਰੇ 20 ਰੁਪਏ ਆਟੋ ਤੋਂ ਖਰਚ ਕੇ ਆਈਦਾ ਤੇ ਜੇ ਨਹੀਂ ਦਿਹਾੜੀ ਲੱਗਦੀ ਤੇ ਘਰ ਨੂੰ ਚਲ ਜਾਈਦਾ। ਜਿਹੜੀ ਆਟਾ ਦਾਲ ਬਾਦਲ ਸਾਹਿਬ ਨੇ ਸਕੀਮ ਕੀਤੀ ਸੀ ਸ਼ੁਰੂ, ਉਹ ਵੀ ਇਹਨਾਂ ਨੇ ਕੱਟਤੀ, ਸਾਡੇ ਕਾਰਡ ਕੱਟਤੇ ਆ। 11 ਕਿਲੋ ਕਿਸੇ ਨੂੰ ਮਿਲਦੀ ਕਣਕ, ਕਿਸੇ ਨੂੰ 15 ਮਿਲਦੀ ਆ, ਕਿਸੇ ਦਾ ਅੰਗੂਠਾ ਨਹੀਂ ਲੱਗਦਾ। ਜਦੋਂ ਇਹਨਾਂ ਨੇ ਕਿਹਾ ਵੀ ਮੇਨ ਤੁਹਾਡਾ ਜਿਹੜਾ ਆਧਾਰ ਕਾਰਡ ਮੇਨ ਜਦੋਂ ਰੱਖਿਆ ਆ, ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੇਨ ਕੀਤਾ ਇਹਨਾਂ ਨੇ, ਤੇ ਆਧਾਰ ਕਾਰਡ ਦੇ ਕਿਉਂ ਨਹੀਂ ਸਾਰਿਆਂ ਜੀਆਂ ਦੀ ਕਣਕ ਮਿਲਣੀ ਚਾਹੀਦੀ। ਇਹਨਾਂ ਨੇ ਪੈਨਸ਼ਨ ਵੀ ਕੱਟਤੀ, ਪੈਨਸ਼ਨ ਵੀ ਕੱਟੀਆਂ ਲੋਕਾਂ ਦੀਆਂ, ਮੁੜ ਕੇ ਇਹਨਾਂ ਦਿਹਾੜੀ ਮੇਰੀ ਲੜਕੀ ਨੂੰ ਸਾਲ ਹੋ ਗਿਆ ਵਿਆਹ ਹੋਏ ਨੂੰ, ਸਾਲ ਹੋ ਗਿਆ, ਪੇਪਰ ਵੀ ਜਨਾਲੇ ਦਿੱਤੇ ਅਜੇ ਤੱਕ, ਉਹ ਜਿਹੜਾ ਸਗਨ ਸਕੀਮ ਹੈ ਨਾ ਉਹ ਨਹੀਂ ਮਿਲੀ ਅਜੇ ਤੱਕ, ਨਾ ਕੋਈ ਪਤਾ, 3 ਸਾਲ ਹੋ ਗਏ ਵਿਆਹ ਨੂੰ। ਬਾਕੀ ਹਾਲਾਤ ਹਲੂਤ ਨੀ ਕੋਈ ਵੀ ਬਦਲੇ, ਉਹ ਸਗੋਂ ਤੁਸੀਂ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੱਡੀ ਕਣਕ, ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੀ, ਸਾਰਿਆਂ ਨੂੰ ਫਰਕ ਮਿਲਦੀ, ਕੋਈ ਵੀ ਨਹੀਂ ਦੁਖੀ ਹੈਗਾ, ਸਾਰੇ ਜਿੰਨੇ ਵੀ ਹੈਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਚੀਆਂ ਤਾਂ ਬੱਚੀਆਂ ਰਹਿ ਜਾਂਦੀਆਂ। ਪਾਣੀ ਗੰਦਾ ਪੀਣ ਵਾਲਾ ਪਾਣੀ ਮੈਂ ਅੰਮ੍ਰਿਤਸਰ ਮੈਂ ਸੜਕ ਤੇ ਜਾ ਰਿਹਾ ਸੀ, ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਆਪਣਾ ਦੁੱਖ ਰਹਿਣ ਵਾਸਤੇ। ਆ ਮੈਨੂੰ ਕਹਿ ਰਹੇ ਹੈ ਕਿ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਆ ਆਪਣੇ, ਕੋਈ ਇੱਥੇ ਆਪਾਂ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਪਾਸੇ ਲੋੜ ਹੋਏ, ਆ ਕਹਿ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਛ ਕਰਕੇ ਮਸਾਂ ਇੱਥੇ ਪਹੁੰਚਦੇ ਆ। ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ, ਆਟਾ ਦਾਲ ਸ਼ਗਨ ਪੈਨਸ਼ਨ, ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ, 11 ਮਹੀਨੇ ਚੌਂਕ ਦੇ ਵਿੱਚ ਮਿਸਤਰੀ ਮਜ਼ਦੂਰ ਨਾ ਹੋਣ ਤੇ ਠੇਕੇਦਾਰਾਂ ਦੇ ਰੇਟ ਬੜੇ ਵਧਣ, ਮਾੜਾ ਬੰਦਾ ਮਿਸਤਰੀ ਵੀ ਨਹੀਂ ਲਵਾ ਸਕਦਾ ਲੱਗਦੀ ਆ। ਮਹਾਰਾਜ ਕੋ ਸੋਚੋ, ਗਰੀਬਾਂ ਦਾ ਜਿਹੜਾ ਝਾੜੂ ਵਾਲਿਆਂ ਨੇ ਨਾ ਜਮਾ ਹੀ ਬਰਬਾਦ ਕਰਤਾ ਸਰ, ਸਹੀ ਖਲੋਤੇ ਨੇ ਇਦਾਂ ਰਾਜ, ਜਦੋਂ ਅਸੀਂ ਹੁੰਨੇ ਆ ਨਾ ਇਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ, ਲਾਗੇ ਨਹੀਂ ਆਉਂਦੇ ਆ, ਪਹਿਲੀ ਰੀ ਆਣ ਕੇ ਤੁਸੀਂ ਖਲੋਤੇ ਇੱਥੇ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ, ਉਧਰ ਉਹ ਨਹੀਂ ਸਾਨੂੰ ਖਲੋਤੇ ਦੇ 5 ਲੱਖ ਦਾ ਇਲਾਜ ਫ੍ਰੀ ਹੁੰਦਾ ਹੈ ਹੁਣ, ਨਸ਼ਾ ਬਹੁਤ
ਨਸ਼ਾ ਸੱਚਾ ਘਰ ਘਰ ਵਿੱਚ ਬਾਦਲ ਸਾਹਿਬ ਗੱਲ ਸੁਣੋ ਮੇਰੀ, ਇੱਕ ਗੱਲ ਹੋ ਰਿਹਾ, ਬਾਈ ਚਾਂਸ ਕੋਈ ਮੋਟਰਸਾਈਕਲ ਲੈ ਲੈਂਦਾ ਵਾ, ਮੋਟਰਸਾਈਕਲ ਲੈ ਲੈਂਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ, ਉਹਦੇ ਕੋਲ ਲਾਇਸੈਂਸ ਬਣਾਉਣ ਵਾਸਤੇ ਵੀ 6000 ਰੁਪਇਆ ਚਾਹੀਦਾ ਚਾਹੀਦਾ ਨਾ, ਹੋਰ ਨੀ ਕੋਈ, ਲਾਇਸੈਂਸ ਹੀ ਬਣਾ ਦੇਣ ਚੌਂਕਾਂ ਵਾਲੇ ਬੰਦਿਆਂ ਦਾ। ਝਾੜੂ ਵਾਲਿਆਂ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾ ਦੇ ਪੰਜਾਬੀਆਂ ਦੇ ਭਾਵਨਾ ਨਾਲ ਖੇਡੇ। ਉਹਨਾਂ ਨੂੰ ਪਤਾ ਸੀ ਕਿ ਜਿਹੜੇ ਪੰਜਾਬੀ ਬੜੇ ਮਿਹਨਤੀ ਹੈ, ਉਹਨਾਂ ਨੂੰ ਗੱਲਾਂ 'ਚ ਲਾ ਲਿਆ ਅਤੇ ਪੰਜਾਬ ਦੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗ ਗਏ। ਆਹ ਤਾਂ ਜਿਵੇਂ ਅੰਗਰੇਜ਼ ਅਤੇ ਮੁਗਲ ਆਏ ਸੀ ਉਵੇਂ ਲੁੱਟ ਰਹੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ, ਕਿਸੇ ਘਰ 'ਚ। ਜੇ ਹਿੰਮਤ ਹੈ ਭਗਵੰਤ ਮਾਨ ਦੀ, ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ, ਇਸ ਚੌਂਕ 'ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ, ਉਹਨੂੰ ਮਿਲਣਾ ਚਾਹੀਦਾ ਉਹਨੂੰ, ਜਿਹੜਾ ਹੁਣ ਹੁਣ ਜਦੋਂ ਜਾਂਦਾ, ਹੁਣ ਤਾਂ ਘਰੋਂ ਨਿਕਲਦਾ 1000 ਬੰਦਾ ਪੁਲਿਸ ਦਾ ਨਾਂ ਲੈ ਕੇ ਜਾਂਦਾ, ਕਿਉਂ ਡਰ ਹੈ ਉਹਨੂੰ? ਜੇ ਅਸੀਂ ਖੜ੍ਹੇ ਹਾਂ ਕਿਉਂ ਡਰ ਹੈ? ਨਾਂ ਰੱਖ ਲਿਆ ਆਮ ਆਦਮੀ ਪਾਰਟੀ, ਪਰ ਹੈ ਠੱਗਾਂ ਦੀ ਪਾਰਟੀ। ਆ ਜਿੰਨੀ ਜਿੰਨੀ ਜਗ੍ਹਾ 'ਤੇ ਆਪਣੇ ਆਪਣੀ ਸ਼ਕਲ ਕੰਨਾਂ 'ਤੇ ਲਾਈ ਹੈ, ਲੋਕੀ ਇਹਦੇ 'ਤੇ ਝਾੜੂ ਫੇਰਨਗੇ। ਮੈਂ ਤੁਹਾਨੂੰ ਅਮਰ ਉਜਾਲਾ ਅਬ ਆਪਕੇ ਟੀਵੀ ਪਰ ਵੀ। ਆਪਣੇ ਸਮਾਰਟ ਟੀਵੀ ਪਰ ਯੂਟਿਊਬ ਪਰ ਸਰਚ ਕਰੇ ਅਮਰ ਉਜਾਲਾ, ਚੈਨਲ ਸਬਸਕ੍ਰਾਈਬ ਕਰੇ ਔਰ ਦੇਖੇ ਤਾਜ਼ਾ ਖਬਰੇ, ਵੋ ਵੀ HD ਕੁਆਲਿਟੀ ਮੇਂ।